ਸਤ ਸਤੋ ਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਅੱਜ ਗੱਲ ਕਰਾਂਗੇ ਕੈਨੇਡਾ ਤੋਂ ਆ ਰਹੀ ਇੱਕ ਵੱਡੀ ਖਬਰ ਦੀ ਕੈਨੇਡਾ ਦੀਆਂ ਦੋ ਰਾਜਾਂ ਨੇ ਜਿਨ੍ਹਾਂ 'ਚ ਇੱਕ ਬ੍ਰਿਟਿਸ਼ ਕੋਲੰਬੀਆ ਵੀ ਸ਼ਾਮਿਲ ਹੈ ਜਿਹਦੇ 'ਚ ਪੰਜਾਬੀਆਂ ਦਾ ਬਹੁਤ ਵੱਡਾ ਇਲਾਕਾ ਵੈਨਕੂਵਰ ਔਰ ਸਰੀ ਪੈਂਦਾ ਹੈ ਗੜ ਮੰਨਿਆ ਜਾਂਦਾ ਹੈ ਪੰਜਾਬੀਆਂ ਦਾ ਉਸ ਰਾਜ ਨੇ ਉਸ ਤਿਤਨੇ ਕੱਲ ਇੱਕ ਵੱਡੇ ਆਰਡਰ ਵਿੱਚ ਨਸ਼ੇੜੀਆਂ ਨੂੰ ਡਰਗ ਅਡਿਕਟਸ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਇੱਕ ਖਾਸ ਮਿਆਰ ਦੀ ਇੱਕ ਖਾਸ ਵਜ਼ਨ ਦੀ ਡਰਗ ਜਿਹਦੇ ਵਿੱਚ ਹਿਰੋਇਨ ਮੋਰਫੀਨ ਆਫੀਮ ਜਾਂ ਇਸ ਕਿਸਮ ਦੀਆਂ ਹੋਰ ਨਸ਼ੀਲੀਆਂ ਜਿਹੜੇ ਪਦਾਰਥ ਨੇ ਉਨਾ ਨੂੰ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ਲੇਕਿਨ ਲਿਮਟ ਰੱਖੀ ਹੈ 2.5 ਗ੍ਰਾਮ ਦੀ ਹੁਣ ਲੋਕਾਂ ਨੂੰ ਚੋਰੀ ਛਿਪੇ ਬੈਠ ਕੇ ਡਰਗ ਪੀਣ ਦੀ ਨੌਬਤ ਨਹੀਂ ਆਏਗੀ ਪੁਲਿਸ ਤੋਂ ਲੋਕ ਛੱਕੇ ਜਾਂ ਆਪਣੇ ਯਾਰਾਂ ਦੋਸਤਾਂ ਤੋਂ ਲੋਕ ਛਿਪਕੇ ਇਹੋ ਜਿਹਾ ਕੰਮ ਕਰਨ ਤੋਂ ਬਚਣਗੇ ਹੁਣ ਪਤਾ ਨਹੀਂ ਇਹ ਖਬਰ ਕਿੱਥੋਂ ਤੱਕ ਚੰਗੀ ਹੈ ਕਿੱਥੋਂ ਤੱਕ ਮਾੜੀ ਹੈ ਫੈਸਲਾ ਤੁਸੀਂ ਕਰ ਲਿਓ لیکن ਆਪਾਂ ਦੋਨੇ ਇਹਦੇ ਪਹਿਲੂ ਜਿਹੜੇ ਨੇ ਉਹ ਡਿਸਕਸ ਕਰ ਲਈਏ ਤਾਂ ਕੀ ਅਸਰ ਪਏਗਾ ਪਹਿਲੀ ਗੱਲ ਤੇ ਹੈ ਕਿ ਇਹਨੂੰ ਇਹ ਨਵਾਂ ਕਾਨੂੰਨ ਬਣਾਉਣ ਦੀ ਲੋੜ ਕਿਉਂ ਪਈ ਉਹਦਾ ਸਭ ਤੋਂ ਵੱਡਾ ਕਾਰਨ ਉਥੋਨੀਆ ਜਾਂਚੀਆਂ ਇਹ ਕਹਿੰਦੀਆਂ ਨੇ ਕਿ ਵਧ ਰਹੇ ਡਰਗ ਅਬਿਊਜ਼ ਨੂੰ ਲੈ ਕੇ ਜਿਹੜੇ ਚੋਰੀ ਛਿਪੇ ਤਸਕਰ ਜਿਹੜੇ ਸੀ ਉਹ ਡਰਗ ਵੇਚਦੇ ਸੀ ਤੇ ਪੀਣ ਵਾਲੇ ਉਹਨੂੰ ਚੋਰੀ ਛਿਪੇ ਪੀਂਦੇ ਸੀ ਉਸ ਡਰ ਦੀ ਵਜ੍ਹਾ ਕਰਕੇ ਉਹ ਕਈ ਵਾਰੀ ਓਵਰਡੋਜ਼ ਪੀ ਲੈਂਦੇ ਸੀ ਕਿ ਹੁਣ ਮੌਕਾ ਮਿਲਿਆ ਰੱਜ ਕੇ ਪੀ ਲਈਏ ਬਾਅਦ ਪਤਾ ਨਹੀਂ ਫੜੇ ਜਾਵਾਂ ਕਿਤੇ ਜਾਂ ਕੋਈ ਛੋੜੂਗਾ ਇਸ ਕਰਕੇ ਉਸ ਜਲਦ ਮ ਜਲਦਬਾਜ਼ੀ ਚ ਜਾਂ ਉਹ ਚੋਰੀ-ਚੋਰੀ ਪੀਣ ਤੇ ਕਾਲੀ ਕਰਕੇ ਓਵਰਡੋਜ਼ ਲੈ ਲੈਂਦੇ ਸੀ ਤੇ ਮਰ ਜਾਂਦੇ ਸੀ ਤੋਂ ਬਹੁਤ ਵੱਡੀ ਗਿਣਤੀ ਚ ਮੌਤਾਂ ਵੈਨਕੂਵਰ ਏਰੀਆ ਚ ਹੋਈਆਂ ਪਿਛਲੇ 5-6 ਸਾਲਾਂ ਤੋਂ ਇਹ ਗਿਣਤੀ ਵੱਧ ਰਹੀ ਸੀ ਔਰ ਹੁਣ ਨਾਬਤ ਇਹ ਹੈ ਕਿ ਰੋਜ਼ ਦੇ ਤਕਰੀਬਨ 6-7 ਬੰਦੇ ਓਵਰਡੋਸ ਨਾਲ ਮਾਰੇ ਜਾਂਦੇ ਰੋਜ਼ ਦੀ ਉਹਨਾਂ ਇਕੱਲੇ ਪੰਜਾਬੀ ਨਹੀਂ ਹੋਰ ਜਾਤਾਂ ਧਰਮਾਂ ਮੂਲ ਦੇ ਲੋਕ ਵੀ ਨੇ ਲੇਕਿਨ ਇੱਕ ਇਲਾਕੇ 'ਚ ਇੰਨੀ ਵੱਡੀ ਗਿਣਤੀ 'ਚ ਲੋਕ ਡਰਗ ਡਰਗ ਅਬਿਊਜ਼ ਨਾਲ ਮਾਰੇ ਜਾਂਦੇ ਆ ਇਹ ਵਾਕਿਆ ਹੀ ਖਤਰੇ ਦੀ ਘੰਟੀ ਹੈ ਦੂਤਰਾ ਇਹ ਹੈ ਕਿ ਢੇਢੀ ਡਰਗ ਲੋਕ ਚੋਰੀ ਛਿਪੇ ਵੇਚਦੇ ਸੀ ਬੜੇ ਸਮਗਲ ਕੋਟੀ ਗੈਂਤੀ ਇੰਡਿਵੀਜੂਅਲਸ ਨੂੰ ਲੋਕ ਵੇਚਦੇ ਸੀ ਉਹਨੇ ਮਿਲਾਵਟ ਕਰ ਦਿੰਦੇ ਸੀ ਔਰ ਪਜਾ ਹੱਥਾ ਪਾਈਟ ਕੇ ਸਾਨੂੰ ਕੋ ਦੇਖ ਨਾ ਰਵੇ ਡਰਗ ਖਰੀਦਿਆਂ ਜਾਂ ਪਿੱਛੇ ਕੋਈ ਜਾਂਦੀ ਤੇ ਬੰਦੇ ਨਾਲ ਲੱਗੇ ਹੋਣ ਉਹ ਫੜ ਫੜ ਲੈ ਕੇ ਜੇਬ ਚ ਪਾ ਕੇ ਭੱਜ ਜਾਂਦੇ ਹੁੰਦੇ ਸੀ ਪੀਣ ਵਾਲੇ ਔਰ ਜਦੋਂ ਉਹਨਾਂ ਨੂੰ ਲੱਗਣਾ ਕਿ ਨਸ਼ਾ ਬਰਾਬਰ ਨਹੀਂ ਹੋ ਰਿਹਾ ਤਾਂ ਫੇਰ ਉਹ ਉਹਦੇ ਚ ਬਾਕੀ ਜਿਹੜੇ ਖਤਰਨਾਕ ਨਸ਼ੀਲੇ ਪਦਾਰਥ ਨੇ ਉਹਨਾਂ ਨੂੰ ਮਿਕਸ ਕਰ ਲੈਂਦੇ ਸੀ ਉਹ ਡੈਡਲੀ ਕੰਬੀਨੇਸ਼ਨ ਹੋ ਜਾਂਦਾ ਸੀ ਜਦੋਂ ਦੋ ਨਸ਼ੇ ਜਿਹੜੇ ਦੋਨੇ ਖਤਰਨਾਕ ਨੇ ਉਹਨਾਂ ਦੇ ਜਿਹੜੇ ਕੰਪੋਨੈਂਟਸ ਆ ਅਲੱਗ-ਅਲੱਗ ਆ ਉਹਨਾਂ ਦੇ ਇੰਗਰੀਡੀਐਂਟ ਅੰਦਰ ਅਲੱਗ-ਅਲੱਗ ਨੇ ਇੱਕ ਨੈਚੁਰਲ ਪ੍ਰੋਡਕਟ ਤੋਂ ਆਇਆ ਉਹ ਪੀਆਟਸ ਨੇ ਤੇ ਦੂਜੇ ਥੈਮੀਕਲ ਨਸ਼ੇ ਨੇ ਇਹ ਦੋਨਾਂ ਨੂੰ ਮਿਲਾ ਕੇ ਜਦੋਂ ਇੱਕ ਕੰਬੀਨੇਸ਼ਨ ਬਣਦਾ ਉਹ ਤੁਹਾਡੇ ਬਾਡੀ ਦੇ ਤਵਾਜਨ ਨੂੰ ਖਰਾਬ ਕਰ ਦਿੰਦਾ ਬਲੱਡ ਨੂੰ ਖਰਾਬ ਕਰ ਦਿੰਦਾ ਉਹਦੇ ਨਾਲ ਕਈ ਵਾਰੀ ਲੋਕ ਮਾਰੇ ਜਾਂਦੇ। ਤਾਂ ਹੁਣ ਕਟੋ-ਕਟ ਹਰ ਬੰਦੇ ਨੂੰ ਇਸ ਕੱਲ ਦਾ ਡਰ ਨਹੀਂ ਕਿ ਉਹਦੇ ਕੋਲੋਂ ਅਗਰ ਡਰਗ ਮਿਲਦੀ ਆ ਤਾਂ ਉਹਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਊਗਾ। ਇਹ ਵੀ ਇੱਕ ਕਾਰਨ ਸੀ। ਬੜੇ سارے ਲੋਕ ਜਿਹੜੇ ਛੋਟੀ ਕੁਆਂਟੀਟੀ ਵਿੱਚ ਡਰਗ ਨਾਲ ਫੜੇ ਜਾਂਦੇ ਸੀ ਉਹਨਾਂ ਨੂੰ ਵੀ ਜੇਲ੍ਹਾਂ ਵਿੱਚ ਜਾਂ ਜਿਹੜੇ ਰੀਹੈਬਿਟੇਸ਼ਨ ਸੈਂਟਰ ਹੁੰਦੇ ਆ ਉਹਨਾਂ 'ਚ ਪਾਉਣਾ ਪੈਂਦਾ ਸੀ ਖਰਚਾ ਸਰਕਾਰ ਨੂੰ ਦੇਣਾ ਪੈਂਦਾ ਸੀ। ਉਨਾਂ ਲਈ ਪੈਰੇ ਦਾ ਰੱਖਣੇ ਪੈਂਦੇ ਸੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਨੀਆਂ ਪੈਂਦੀਆਂ ਰੋਟੀ ਖਾਓ ਸਰਦੀਆਂ ਚ ਹੀਟਿੰਗ ਲਵਾ ਕੇ ਦਿਓ ਤੇ ਇੱਕ ਹਿਸਾਬ ਨਾਲ ਉਹ ਰੀਹੈਬਿਲੀਟੇਸ਼ਨ ਪ੍ਰੋਸੈਸ ਦਾ ਬਹੁਤ ساری ਕਾਸਟ ਜਿਹੜੀ ਤੇ ਸਰਕਾਰ ਤੇ ਪੈਂਦੀ ਸੀ ਇਹ ਚ ਕਰਕੇ ਉਹਨਾਂ ਨੇ ਕਹਿਤਾ ਕਿ 2.5 ਗ੍ਰਾਮ ਤੱਕ ਕੋਈ ਵੀ ਐਕਚੁਅਲ ਯੂਜ਼ਰ ਇੱਕ ਸ਼ਰਤ ਨਾਲ ਲਾਈ ਆ ਕਿ ਉਹ ਬੰਦੇ ਜਿਨ੍ਹਾਂ ਦਾ ਡਰਗ ਅਬਿਊਜ਼ ਵਿਦ ਪਾਇਰ ਹਾਂ ਦਾ ਕੋਈ ਰਿਕਾਰਡ ਹੈ ਉਹਨਾਂ ਨੂੰ ਜਾਂ ਦਿਨਾਂ ਦੀ ਕੋਈ ਮੈਡੀਕਲ ਜਾਂਚ ਵੀ ਹੋ ਸਕਦੀ ਹੈ ਜਿਵੇਂ ਇੱਕ ਜ਼ਮਾਨੇ 'ਚ ਪੰਜਾਬ ਜਿਹੜੀ ਆਫੀਮ ਸੀ ਪੂਰੇ ਹਿੰਦੁਸਤਾਨ 'ਚ ਇੱਕ ਤਰੀਕੇ ਨਾਲ ਆਪੀਆ ਮੈਕ ਦੇ ਥੱਲੇ ਉਹਨਾਂ ਲੋਕਾਂ ਨੂੰ ਸਰਕਾਰ ਦਿੰਦੀ ਨੀਤੀ 'ਚ ਇੱਕ ਕੋਟਾ ਮੰਥਲੀ ਕੋਟਾ ਜਿਹੜਾ ਉਹਨਾਂ ਨੂੰ ਅਲਾਊਡ ਹੁੰਦਾ ਸੀ ਉਹ ਰੱਖ ਸਕਦੇ ਸੀ ਇਹ ਵੱਖਰੀ ਗੱਲ ਹੈ ਕਿ ਬਹੁਤੇ ਲੋਕ ਜਿਨ੍ਹਾਂ ਨੇ ਕੋਟਾ ਲਵਾਇਆ ਸੀ ਉਹ ਆਪੀਮ ਘੱਟ ਖਾਂਦੇ ਸੀ ਤੇ ਮਾਰਕੀਟ 'ਚ ਵੀ ਜ਼ਿਆਦਾ ਵੇਚ ਦਿੰਦੇ ਸੀ ਤੋ ਇਸੇ ਤਰ੍ਹਾਂ ਦੀਆਂ ਹਰਕਤਾਂ ਅ ਕੈਨੇਡਾ ਚ ਵੀ ਹੋ ਰਹੀਆਂ ਆ ਕਿ ਖਾਸ ਤੌਰ ਤੇ ਸਰੀਅਰ ਵਨਕੂਵਰ ਦਾ ਏਰੀਆ ਜਿਹੜਾ ਪੰਜਾਬੀਆਂ ਦਾ ਘਰ ਹੈ ਪਿੱਛੇ ਜੇ ਤੁਸੀਂ ਦੇਖਿਆਣਾ ਆਪਾਂ ਵੀ ਜ਼ਿਕਰ ਕੀਤਾ ਆਪਣੀਆਂ ਦੋ ਤਿੰਨ ਪੋਸਟ ਕਿ ਬਹੁਤ ਸਾਰੇ ਬੱਚੇ ਪੰਜਾਬ ਤੋਂ ਗਏ ਹੋਏ ਡਰਗ ਅਬਿਊਸ ਫਸ ਕੇ ਮਾਰੇ ਗਏ ਘਰਦਿਆਂ ਦਾ ਬੁਰਾ ਹਾਲ ਹੋ ਜਾਂਦਾ ਸਿਰ ਤੇ ਕਰਜ਼ਾ ਚੜਿਆ ਹੁੰਦਾ ਔਰ ਨਾਲ ਉਹਨਾਂ ਦਾ ਬੱਚਾ ਔਲਾਦ ਉਤਲੀ ਜਾਂਦੀ ਹੈ ਇਹਦਾ ਕਿਤੇ ਬੂਠਰਾ ਮਾਰਾ ਤੇਰੇ ਵੀ ਹੋ ਸਕਦਾ ਹੈ ਕਿ ਜਿਹੜੇ ਪੰਜਾਬ ਤੋਂ ਬਹੁਤੇ ਜਾਣ ਵਾਲੇ ਲੋਕ ਬਾਰ ਜਾਣੋ ਸ਼ਾਇਦ ਇਸ ਕਰਕੇ ਡਰਦੇ ਸੀ ਕਿ ਉੱਥੇ ਡਰਗ ਬਹੁਤ ਮਹਿੰਗੀ ਮਿਲਣੀ ਆ ਫੜੇ ਕਿ ਇੱਥੇ ਤਾਂ ਸਰ ਦੀ ਸੈਟਿੰਗ ਹੈਗੀ ਆ ਇਹਨੂੰ ਹੁਣ ਅਗਰ ਲਾਈਟਲੀ ਲਾਣਾ ਹੋਵੇ ਲਾਈਟ ਮੋਰਚ ਤਾਂ ਇਹ ਵੀ ਕਹਿ ਸਕਦੇ ਆ ਕਿ ਬਹੁਤ ਸਾਰੇ ਨਸ਼ੇੜੀ ਵੀ ਹੁਣ ਕਨੇਡਾ ਜਾਣ ਤੋਂ ਡਰਨਗੇ ਨਹੀਂ ਉਹਨਾਂ ਨੂੰ ਲੱਗਦਾ ਕਿ ਠੀਕ ਆ ਹੁਣ ਦਾ 2.5 ਗ੍ਰਾਮ ਦੇਰ ਤੇ ਰੱਖਾਂਗੇ ਕਿਸੇ ਨੂੰ ਕੁਝ ਨਹੀਂ ਫੜਨੇ ਇੱਥੇ ਤਾਂ ਪੁਲਸ ਫੜ ਲੈਂਦੀ ਹੈ ਤੇ ਇੱਥੇ 1.5 ਗ੍ਰਾਮ ਹੋਵੇ ਤਾਂ ਵੀ ਫੜ ਲੈਂਦੀ ਹੈ 1 ਗ੍ਰਾਮ ਹੋਵੇ ਤਾਂ ਵੀ ਫੜ ਲਾਣਾ ਇਹ ਇਹਨਾਂ ਗੱਲਾਂ ਤੋਂ ਬਚਣ ਲਈ ਸ਼ਾਇਦ ਇੱਕ ਲਾਲਚ ਵੀ ਆ ਸਕਦਾ ਘਟੂ ਘਟ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਜਿਨ੍ਹਾਂ ਕੋਲ 4 ਪੈਸੇ ਹੈਗੇ ਆ ਜਾਂ ਉਹਨਾਂ ਦੇ ਮਾਪ ਕੋਲ ਪੈਸੇ ਖਰਚਣ ਨੂੰ ਤਿਆਰ ਨਹੀਂ ਕਿ ਚਲੋ ਇੱਥੇ ਡਰਗ ਪੀਣ ਨਾਲੋਂ ਇਹਨੂੰ ਕਨੇਡਾ ਹੀ ਪੇ ਜੋ ਕਿ ਤੇ ਮਾਰਾ ਮੋਟਾ ਕੰਮ ਕਰ ਲੂਗਾ ਨਾਲੇ ਆਪਣੀ ਡਰਗ ਰੋ ਪੀਦਾ ਰਹੂਗਾ ਇਹਦਾ ਕੰਮ ਸਰਦਾ ਰਹੂਗਾ ਇਹ ਇਹਦੀ ਚਾਂਤ ਘਟ ਨੇ ਪਰ ਉੱਥੋਂ ਦੇ ਲੋਕਾਂ ਨੇ ਇਸ ਗੱਲ ਦੀ ਸ਼ੰਕਾ ਜਤਾਈ ਆ ਕਿ ਡਰਗ ਦਾ ਇਸਤੇਮਾਲ ਕਰਨ ਵਾਲਿਆਂ ਦਾ ਡਾਰ ਘਟੇਗਾ ਇਹਦੇ ਨਾਲ ਸਰਕਾਰ ਦਾ ਪੈਸਾ ਤਾਂ ਜ਼ਰੂਰ ਬਚੇਗਾ ਪਰ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਜਾਏਗੀ ਮੌਤਾਂ ਘਟ ਜਾਣਗੀਆਂ ਇਹ ਚੰਗੀ ਗੱਲ ਹੈ ਬੱਦ ਆਪਣੀ ਮਰਜ਼ੀ ਨਾਲ ਜਦੋਂ ਉਹਨੂੰ ਲੋੜ ਹੋਵੇ ਜੇਬ ਚੋਂ ਕੱਢੇ ਪੀ ਲਵੇ ਜਿਸ ਤਰੀਕੇ ਨਾਲ ਉਹਨੇ ਇਸਤੇਮਾਲ ਕਰਨਾ ਜਾਂ ਖਾਣਾ ਜਾਂ ਪੀਣਾ ਹੀ ਡਰ ਲੇਕਿਨ ਇਹਦਾ ਆਉਣ ਵਾਲੇ ਦਿਨਾਂ ਦਾ ਅਸਰ ਬਹੁਤ ਮਾੜਾ ਹੋਊਗਾ ਜਿਹੜੀ ਬਿਮਾਰੀ ਹੁਣ ਲਿਮਟਿਡ ਸੀ ਉਹ ਬਹੁਤ ਮੈਨੂੰ ਲੱਗਦਾ ਵੱਡੀ ਫ਼ੀੜ ਨਾਲ ਵਧੇਗੀ ਹੁਣ ਜਾਂ ਤਾਂ ਸਰਕਾਰ ਇਹ ਵੀ ਨਿਯਾਲ ਕਰਦੀ ਕਿ ਸਾਡੇ ਸਰਕਾਰੀ ਅਦਾਰਿਆਂ ਤੋਂ ਡਰਗ ਜਿਹੜੀ ਉਹ ਰੈਗੂਲੇਟ ਕਰਕੇ ਦਿੱਤੀ ਜਾਇ ਕਰੂਗੀ ਤੁਸੀਂ ਆਪਣਾ ਪਰਮਿਟ ਬਣਾ ਲਓ ਤੇ ਆਪਣੇ ਜਿੰਨਾ ਤੁਹਾਡਾ ਕੋਟਾ ਉਹਦੇ ਸਾਹਮਣੇ ਲੈ ਜਾਓ ਇੱਕ ਤਾਂ ਉਹਨਾਂ ਨੂੰ ਜਿਹੜੀ ਆ ਪਿਓਰ ਚੀਜ਼ ਮਿਲੇਗੀ ਮਿਲਾਵਟ ਤੋਂ ਬਿਨਾ ਨਸ਼ਾ ਤਾਂ ਹੋਣਾ ਹੀ ਹੈ ਲੇਕਿਨ ਜਿਹੜਾ ਡੈਟਲੀ ਕੰਬੀਨੇਸ਼ਨ ਬਣਦਾ ਕਟਕੜ ਹੋ ਰੁਕੇਗਾ ਲੇਕਿਨ ਇਹ ਇੱਕ ਜਲਦਬਾਜ਼ੀ ਚ ਕੀਤਾ ਹੋਇਆ ਡਿਸੀਜਨ ਬਹੁਤਾ ਲੌਜੀਕਲ ਨਹੀਂ ਲੱਗਦਾ ਰਾਜਤਰ ਨਹੀਂ ਲੱਗਦਾ ਸਰਕਾਰ ਨੇ ਖੱਲੀ ਆਪਣੇ ਬਚਾ ਲਈ ਆਪਣੇ ਖਰਚੇ ਘਟਾਉਣ ਲਈ ਔਰ ਜਿਹੜੀਆਂ ਮੌਤਾਂ ਦਾ ਨੰਬਰ ਉਹਨੂੰ ਘਟਾਉਣ ਲਈ ਆਪਣੀ ਜਿਹੜੀ ਕ੍ਰਾਈਮ ਦੀ ਰੇਸ਼ਿਓ ਹੈ ਉਹਨੂੰ ਘੱਟ ਕਰਨ ਲਈ ਇਹ ਇੱਕ ਜਲਦਬਾਜ਼ੀ ਚ ਉਠਾਇਆ ਹੋਇਆ ਕਦਮ ਲੱਗਦਾ ਹਾਲਾਂਕਿ ਬੜੇ ਲੋਕਾਂ ਨੇ ਇਹਦਾ ਸਵਾਗਤ ਕੀਤਾ ਉੱਥੇ ਤੇ ਦੇਖੋ ਆਉਣ ਵਾਲੇ ਦਿਨਾਂ 'ਚ ਇਹਦਾ ਕੀ ਫਰਕ ਪੈਂਦਾ ਦੂਜੇ ਪਾਸੇ ਰਾਟੋ ਏਰੀਆ ਚੋਂ ਬੜੀਆਂ ਮਾਰੀਆਂ ਖਬਰਾਂ ਆ ਰਹੀਆਂ ਪੰਜਾਬੀਆਂ ਨਾਲ ਜੁੜੀਆਂ ਹੋਈਆਂ ਪਿਛਲੇ 3 ਦਿਨਾਂ ਚ 4-5 ਇਨਸੀਡੈਂਟਸ ਐਸੇ ਹੋ ਗਏ ਆ ਜਿੱਥੇ ਪੰਜਾਬ ਦੇ ਯੰਗ ਮੁੰਡੇ ਸੀਰੀਅਸ ਕ੍ਰਾਈਮ ਕਰਦੇ ਫੜੇ ਗਏ ਸੀਰੀਅਸ ਕ੍ਰਾਈਮ ਵੀ ਲੁੱਟ ਮਾਰਦੇ ਕਰੋ ਗੁੱਸੇ ਚ ਆ ਕੇ ਕਦੇ ਹਥਿਆਰ ਚੱਲ ਗਿਆ ਕੋਲ ਮਾਰਡਰ ਹੋ ਗਿਆ ਜਾਂ ਲੜਾਈ ਹੋ ਗਈ ਸਿਰ ਪੜ ਗਿਆ ਲੇਕਿਨ ਹੁਣ ਚਾਕੂ ਤਲਵਾਰਾਂ ਲੈ ਕੇ ਦੁਕਾਨਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ ਪੱਲੇਕਾ ਪੰਜਾਬ ਦਾ ਮੁੰਡਾ ਉਪਲ ਉਦਾਸਰ ਨੇ ਮੈਂ ਵੀ ਲੈਣਾ ਚਾਹੁੰਦਾ ਜੀ ਜਨਸਟਰ ਹੈ ਸਾਲ ਨੇਮ ਤੋਂ ਉਪਲ ਤੇ ਲੋ ਲਾਨ ਦਾਦਾ ਲਾਲੂ ਪਤਾ ਲੱਗ ਗਿਆ ਕਿ ਪੰਜਾਬ ਦਾ ਉਹਨੇ ਤਿੰਨ ਦੁਕਾਨਾਂ ਲੁੱਟਣ ਦੀ ਕੋਸ਼ਿਸ਼ ਕੀਤੀ ਦੋ ਜਿਹੜੇ ਸਟੋਰਸ ਨੇ ਉੱਥੇ ਗਿਆ ਚਾਕੂ ਦਾ ਚਾਕੂ ਦਿਖਾ ਕੇ ਉਹਨਾਂ ਦਾ ਜਿਹੜਾ ਗੱਲਾਂ ਸੀ ਉਹਨਾਂ ਦੀ ਕੋਲਕ ਜਿਹੜੀ ਸੀ ਦੁਕਾਨ ਦਾ ਕੈਸ਼ ਕਾਊਂਟਰ ਜਿਹੜਾ ਉਹਨੂੰ ਲੁੱਟਿਆ ਉਹ ਬੰਦਿਆਂ ਨੇ ਚਾਕੂ ਦੇਖ ਕੇ ਡਰ ਗਏ ਕੋਈ ਮੁਕਾਬਲਾ ਨਹੀਂ ਕੀਤਾ ਪੈਸੇ ਲੈ ਕੇ ਭੱਜ ਗਿਆ ਉਸ ਤੋਂ ਬਾਅਦ ਤੀਸਰੀ ਦੁਕਾਨ ਤੇ ਉਸ ਦੁਕਾਨਦਾਰ ਨੇ ਥੋੜੀ ਮੁਖਾਲਫਤ ਕੀਤੀ ਉੱਤੇ ਚਾਕੂ ਨਾਲ ਵਾਰ ਵੀ ਕੀਤਾ ਇਹ ਛੋਕਰ ਹੈ ਕਿ ਸੀਰੀਅਸ ਨਹੀਂ ਹੋਇਆ ਬੰਦਾ ਐਂਜੜ ਹੋਇਆ ਉਦੋਂ ਵਕ ਭੱਜਿਆ ਤਾਂ ਪਕੜਿਆ ਆ ਗਿਆ ਹੁਣ ਉਹ ਪੁਲਿਸ ਦੀ ਕਸਟਡੀ ਚ ਜੇਲ੍ਹ ਵਿੱਚ ਬੈਠਾ ਤਿੰਨ ਮਾਰਦਾ ਤਾਂ ਇੱਕੋ ਦਿਨ ਇੱਕੋ ਮੁੰਡੇ ਨੇ ਕੀਤੀਆਂ ਉਸ ਤੋਂ ਦੋ ਦਿਨ ਪਹਿਲਾਂ ਇਹ ਮਿੱਤਰੀ ਤੋਂ ਆਗਾਦੀ ਕਾਲਾ ਬਿਨੀਫੈਕਟ ਏਰੀਆ ਇਕੋ ਸ਼ਹਿਰ ਦੀਆਂ ਕਟਾਵਾਂ ਵਾਲ ਤੋਂ ਪਰਸੋਂ ਤਿੰਨ ਮੁੱਡੇ ਆਪਣੇ ਪੰਜਾਬ ਦੇ ਫੇਰ ਉਹਨਾਂ ਨਾਂ ਕੀ ਲੈਣੇ ਆ ਤਿੰਨਾਂ ਨੇ ਆਪਣੇ ਗੈਂਗ ਬਣਾਇਆ ਸੀਗਾ ਕਾਰਾਂ ਰੋਕ ਕੇ ਹਥਿਆਰ ਦਿਖਾ ਕੇ ਕਾਰ ਲੁੱਟਣ ਦਾ ਗੈਂ ਚਾਬੀਕਾਰ ਦੀ ਬੰਦੇ ਨੂੰ ਲਾ ਕੇ ਲੈ ਲੈਣੀ ਉਹ ਕਾਰ ਲੈ ਕੇ ਭੱਜ ਜਾਣ ਇਹ ਹੋਜੀ ਪਹਿਲਾਂ ਵੀ ਕੇਸ ਕੀਤੇ ਸੀ ਲੇਕਿਨ ਪਰਸੋਂ ਕਾਰ ਚੋਰਾਉਣ ਵਾਲਾ ਥੋੜਾ ਤਕੜਾ ਸੀ ਉਨੇ ਚਾਬੀ ਨੇ ਇਹਨਾਂ ਨੂੰ ਕੱਢਣ ਦਿੱਤੀ ਕਾਰ ਚੋਂ ਔਰ ਰੌਲਾ ਪਾਇਆ ਉਹਨੇ ਔਰ ਛੋਟ ਚਲਾਵਾ ਪਾਇਆ ਲੋਕ ਅਲਰਟ ਹੋ ਗਏ ਪੁਲਿਸ ਨੂੰ ਕਿਸੇ ਨੇ ਫੋਨ ਕਰਤਾ ਆਣ ਗਵਾਂ ਚੋਂ ਔਰ ਪੁਲਿਸ ਨੇ ਪਿੱਛਾ ਕਰਕੇ ਇਹਨਾਂ ਦੰਨਾਂ ਨੂੰ ਫੜ ਲਿਆ ਪਤਾ ਲੱਗਿਆ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹੋ ਜਿਹੀਆਂ ਕਈ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਥੋੜੇ ਦਿਨ ਪਹਿਲਾਂ ਇੱਕ ਆਪਣੇ ਪੰਜਾਬੀ ਮੁੰਡਿਆਂ ਦੇ ਗੈਂਗ ਨੇ ਕਾਰਾਂ ਨਵੀਆਂ ਕਾਰਾਂ ਕਿਤੇ ਬੰਦੇ ਨੇ ਖਰੀਦੀਆਂ ਉਸ ਮਹੱਲੇ 'ਚ ਕਈ ਨਵੀਆਂ ਕਾਰਾਂ ਖੜੀਆਂ ਸੀ ਉਹਨਾਂ ਦੇ ਟਾਇਰ ਹੀ ਲਾ ਕੇ ਲਾ ਗਏ ਥੱਲੇ ਲੱਕੜੀ ਦੇ ਸਟੈਂਡ ਲਾ ਕੇ ਟਾਇਰ ਲਾ ਕੇ ਲਾ ਗਏ ਇਹ ਵੀਆਂ ਵਾਰਤਾਤਾਂ ਆਮ ਹੋਣ ਲੱਗੀਆਂ ਨੇ ਔਰ ਆਪਣੇ ਪੰਜਾਬ ਦੇ ਮੁੰਡੇ ਉਹਦੇ ਇਨਵੋਲ ਹੋਣ ਲੱਗ ਗਏ ਉਹਨੇ ਤਾਂ ਹੈ ਨਹੀਂ ਕਿ ਉਹ ਕੋਈ ਜੱਦੀ ਪੁਛਤੀ ਚੋਰੀ ਸੀ ਜਾਂ ਕ੍ਰਿਮੀਨਲ ਸੀ ਜਿਹੜੀ ਆਪਾਂ ਗੱਲ ਬਹੁਤ ਵਾਰੀ ਕਰ ਚੁੱਕੇ ਹਾਂ ਯੰਗ ਮੁੰਡਿਆਂ ਦੇ ਜਿਹੜੇ ਸਟੂਡੈਂਟਸ ਤੇ ਵੇਚ ਤੇ ਜਾਂਦੇ ਆ ਉਹਨਾਂ ਨੂੰ ਬਰਾਬਰ ਪੈਸੇ ਤਨਖਾਹਾਂ ਨਹੀਂ ਮਿਲਦੀਆਂ ਉਹ ਆਪਣਾ ਜਦੋਂ ਗੁਜ਼ਾਰਾ ਔਖਾ ਹੁੰਦਾ ਹੈ ਕਿਰਾਏ ਨਹੀਂ ਪਰ ਸਕਦੇ ਕਿੱਤਾ ਨਹੀਂ ਪਰ ਸਕਦੇ ਉਹ ਫਿਰ ਮਜਬੂਰੀ ਤੇ ਉਹਦੇ ਕੰਮ ਕਰਨ ਲੱਗ ਜਾਂਦੇ ਔਰ ਹੌਲੀ-ਹੌਲੀ ਉਹਨਾਂ ਨੂੰ ਫਿਰ ਇੱਥੇ ਤਨਾ ਆਰਾਮ ਦੀ ਰੋਟੀ ਖਾਣ ਦਾ ਤਸਕਾ ਪੈ ਜਾਂਦਾ ਔਰ ਵੱਡੀ ਗੱਲ ਇੱਕ ਹੋਰ ਸਟੱਡੀ ਜਿਹੜੀ ਰਾਏ ਸਾਹਮਣੇ ਆਈ ਹੈ ਕਿ ਆਪਣੇ ਮੁੰਡਿਆਂ ਨੂੰ ਬਾਹਰਲੇ ਲੋਕਾਂ ਨਾਲੋਂ ਆਪਣੇ ਹੀ ਲੋਕ ਜ਼ਿਆਦਾ ਐਕਸਪਲੋਇਟ ਕਰਦੇ ਆ ਆਪਣੇ ਪੰਜਾਬ ਦੇ ਜਿਹੜੇ ਉੱਥੇ ਠੇਕੇਦਾਰ ਬੜੇ ਹੋਏ ਨੇ ਜਿਹੜੇ ਖੇਤਾਂ 'ਚ ਉਹਨਾਂ ਨੂੰ ਫਾਰਮ 'ਚ ਲੈ ਕੇ ਜਾਂਦੇ ਆ ਕੰਮ ਕਰਨ ਲਈ ਦਿਹਾੜੀ ਤੇ ਉਹ ਆਪਣਾ ਕਮਿਸ਼ਨ ਲੰਬਾ ਚੌੜਾ ਕੱਟ ਕੇ ਵੱਧ ਘੰਟੇ ਕੰਮ ਕਰਵਾ ਕੇ ਘੱਟ ਪੈਸੇ ਦਿੰਦੇ ਆ ਇਹ ਜਿੰਨੀ ਮਿਹਨਤ ਕਰਦੇ ਆ ਜਿੰਨੀ ਉਹਦੀ ਮਿਹਨਤਾਂ ਨਾਲ ਮਿਲਣਾ ਚਾਹੀਦਾ ਉਹ ਵੀ ਨਹੀਂ ਮਿਲਦਾ ਔਰ ਆਪਣੇ ਲੋਕ ਜਿਹੜੇ ਉੱਤੇ ਬੈਠੇ ਜਿਹੜੇ ਕੰਟਰੈਕਟਰ ਬਣੇ ਹੋਏ ਆ ਲੇਬਰ ਕੰਟਰੈਕਟਰ ਔਰ ਦੂਸਰੇ ਉਹ ਇਹਨਾਂ ਦਾ ਐਕਸਪਲੋਇਟੇਸ਼ਨ ਦੁਦਿਆਂ ਨਾਲੋਂ ਜ਼ਿਆਦਾ ਕਰਦੇ ਆ ਇੱਕ ਇੱਕ ਨਵੀਂ ਸਮੱਸਿਆ ਉੱਥੇ ਖੜੀ ਹੋ ਰਹੀ ਤੋਂ ਹੋ ਰਹੀ ਹੈ ਕਿਉਂਕਿ ਇਹ ਲੋਕ ਉਹਨਾਂ ਨੂੰ ਜਾਣਦੇ ਨੇ ਚੰਗੀ ਤਰ੍ਹਾਂ ਬਾਹਰ ਦੇ ਲੋਕ ਆਪਣੇ ਮਦਦ ਨੂੰ ਘੱਟ ਨੌਕਰੀ ਤੇ ਰੱਖਦੇ ਨੇ ਜਿਹੜੇ ਤਾਂ ਹਾਈਲੀ ਕੁਆਲੀਫਾਈਡ ਦਾ ਪੜੇ ਲਿਖੇ ਦਾ ਕਿਤੇ ਵੀ ਕੰਮ ਕਰ ਲੈਂਦੇ ਆ ਉਹ ਬਰਾਬਰ ਦੇ ਸਿਟੀਜ਼ਨਲ ਬਣ ਜਾਂਦੇ ਆ ਕੁਆਲੀਫਾਈਡ ਜੋਬ ਤੇ ਤਨਖਾਹ ਵੀ ਜ਼ਿਆਦਾ ਮਿਲਦੀਆਂ ਲੇਕਿਨ ਜਿਹੜੇ ਲੇਬਰ ਵਗੈਰਾ ਦਾ ਕੰਮ ਕਰਦੇ ਆ ਉਹਨਾਂ ਨੂੰ ਐਕਸਪਲੋਇਟੇਸ਼ਨ ਵੱਡੇ ਲੈਵਲ ਤੇ ਹੋ ਗਈ ਹੈ ਇਸ ਕਰਕੇ ਉਹਨਾਂ ਦਾ ਜੀਣਾ ਹੋਰ ਮਹਾਲ ਹੋ ਗਿਆ ਉਹ ਲੋਕ ਉਹਨਾਂ ਇਸ ਐਪਲੋਰਸ ਨੂੰ ਬਚਣ ਲਈ ਉਹ ਹੈਵੀ ਕੰਮ ਕਰਨ ਲੱਗ ਜਾਂਦੇ ਜਿੱਥੇ ਤਨਖਾਹਾਂ ਜ਼ਿਆਦਾ ਮਿਲਦੀਆਂ ਜਿਵੇਂ ਟਰੱਕ ਡਰਾਈਵਿੰਗ ਵਾਡੇ ਟਰੱਕ ਵਾਲੇ ਉਸ ਪਾਸੇ ਜ਼ਿਆਦਾ ਪੈਣ ਲੱਗੇ ਨਾਲ ਦੀ ਨਾਲ ਉਹਨਾਂ ਨੂੰ ਘੁੰਮਣ ਫਿਰਨ ਦਾ ਮੌਕਾ ਵੀ ਮਿਲ ਜਾਂਦਾ ਬਾਹਰ ਘੁੰਮਦਿਆਂ ਕਿਤੇ ਹੋਰ ਚੰਗਾ jobb ਮਿਲਦਾ ਉੱਥੇ ਵੀ ਚਲੇ ਜਾਂਦੇ ਆ ਤਾਂ ਇਹ ਇੱਕ ਨਵੀਆਂ ਸਮੱਸਿਆਵਾਂ ਪੰਜਾਬੀਆਂ ਲਈ ਬਾਹਰਲੇ ਮੁਲਕਾਂ 'ਚ ਖੜੀਆਂ ਹੋ ਰਹੀਆਂ ਨੇ ਤੁਹਾਡਾ ਇਹ ਜਿਹੜਾ ਟ੍ਰੈਂਡ ਆ ਅੱਗੇ-ਅੱਗੇ ਇਹ ਡੇਂਜਰਸ ਬਣਦਾ ਜਾ ਰਿਹਾ ਜਿੰਨੀ ਵੱਢੀ ਗਿਣਤੀ ਚ ਲੋਕ ਬਾਹਰ ਜਾ ਰਹੇ ਨੇ ਕਰਜ਼ੇ ਨਾਲ ਕਰਜ਼ਾਈ ਹੋਏ ਵਾਪਸ ਲੌਟਣਗੇ ਤਾਂ ਕਿਵੇਂ ਲੌਟਣਗੇ ਪੈਸਾ ਵਾਪਸ ਭੇਜ ਨਹੀਂ ਸਕਦੇ ਮਾਂ ਪਿਓ ਦੀ ਹਾਲਤ ਪਿੱਛੇ ਪਰਿਵਾਰਾਂ ਦੀ ਹਾਲਤ ਖਰਾਬ ਹੁੰਦੀ ਹੈ ਨਾ ਤੇ ਬਹੁਤ ਹੀ ਅਨਮੈਰਿਡ ਨੇ ਅਜੇ ਤੱਕ ਉਹਨਾਂ ਦਾ ਕੋ ਆਪਣਾ ਫੈਮਿਲੀ ਟੱਬਰ ਨਹੀਂ ਹੈ ਸ਼ਾਦੀ ਵੀ ਇੱਕ ਕਾਰਨ ਹੈ ਕਿ ਸਿਰ ਤੇ ਕੋਈ ਜ਼ਿੰਮੇਵਾਰੀ ਨਾ ਹੋਣ ਕਰਕੇ ਉਹ ਇਹੋ ਜਿਹੇ ਰਿਸਕ ਲੈ ਲੈਂਦੇ ਹੁਣ ਜਦੋਂ ਕਾਨੂੰ ਆਪਣੀ ਉਹਨਾਂ ਦੀ ਜ਼ਿੰਦਗੀ ਬਣਾਉਣੀ ਹੋਣੀ ਆ ਘਰ ਬਸਾਉਣਾ ਹੋਣਾ ਉਹਨਾਂ ਨੂੰ ਕਿਹੜੀਆਂ ਕੁੜੀਆਂ ਮਿਲਣਗੇ ਆ ਕਿਹੜੇ ਰਿਸ਼ਤੇ ਮਿਲਣਗੇ ਅੱਗੇ ਅੱਗੇ ਸਮੱਸਿਆ ਗੰਭੀਰ ਹੁੰਦੀ ਜਾਏਗੀ ਦਿਨ ਰਾਤ ਤੀਤੀ ਖਬਰੇ ਤੇ ਤਰਾਂ ਦੀ ਮੈਲਬਨ ਆਸਟ੍ਰੇਲੀਆ ਤੋਂ ਆਰੀ 29 ਤਰੀਕ ਨੂੰ ਉੱਥੇ ਉਹ ਜਿਹੜਾ ਖਾਲਿਸਤਾਨ ਦਾ ਰੈਟਰੈਂਡਰ ਆਉਣਾ ਸੀ ਫੈਡਰੇਸ਼ਨ ਸਕੁਆਰ ਤੇ ਉਹ ਹੋਇਆ ਲੇਕਰ ਕੋਈ ਬਹੁਤ ਵੱਡਾ ਰਿਸਪੌਂਸ ਨਹੀਂ ਮਿਲਿਆ ਉੱਥੇ ਵੀ ਲੜਾਈ ਝਗੜਾ ਹੋਇਆ ਜਿਵੇਂ ਪਹਿਲਾਂ ਕੈਨੇਡਾ ਹੋ ਚੁੱਕਿਆ ਸੀ ਇਹਨਾਂ ਦੇ ਸਫਰ ਟ੍ਰੈਂਡਰ ਦੇ ਦੌਰਾਨ ਕੁਝ ਦੂਸਰੇ ਹਿੰਦੂਸਤਾਨੀ ਮੂਲ ਦੇ ਲੋਕਾਂ ਨੇ ਤਿਰੰਗਾ ਯਾਤਰਾ ਕਰਨ ਲਈ ਜਿੱਥੇ ਦੋਨਾਂ ਗਰੁੱਪਾਂ 'ਚ ਮਾਰ-ਪੀਟ ਹੋਈ ਉਹ ਡੰਡੇ ਜਿਨ੍ਹਾਂ ਦੇ ਚੰਡੇ ਲਾਏ ਸੀ ਉਹੀ ਡੰਡੇ ਚੱਲੇ ਇੱਕ ਦੂਜੇ ਦੇ ਪੁਲਿਸ ਨੂੰ ਦਖਲ ਦੇਣਾ ਪਿਆ ਲੋਕਾਂ ਨੂੰ ਆੜ-ਡੜ ਕਰਨਾ ਪਿਆ ਇਸ ਦਾ ਨੁਕਸਾਨ ਜਿਹੜਾ ਅੱਗੇ ਜਾ ਕੇ ਇੱਕ ਕਿਸਮ ਦੇ ਤਾਤਰਾ ਨੂੰ ਹੋ ਸਕਦਾ ਤੁਸੀਂ ਉਹ ਪਤਾਈ ਆਪਾਂ ਸਾਰੇ ਨੂੰ ਚੰਗੀ ਕਰਾਂ ਅੱਜ ਪੋਲੀਟਿਕਲ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਜਿਹੜੇ ਐਨ ਆਰ ਆਈਜ਼ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀ ਮਦਦ ਕੀਤੀ ਸੀ ਉਹਨਾਂ ਨੂੰ ਵੀਜ਼ਾ ਰਿਫਿਊਜ਼ ਕੀਤਾ ਜਾ ਰਿਹਾ ਭਾਰਤ ਸਰਕਾਰ ਆਪਣੀਆਂ ਬੈਸੀਆਂ ਨੂੰ ਕੈਨੇਡਾ ਤੇ ਔਰ ਆਸਟ੍ਰੇਲੀਆ ਔਰ ਅਮਰੀਕਾ ਤੇ ਜਿੱਥੇ-ਜਿੱਥੇ ਲੋਕ ਬੈਠੇ ਆ ਉਹਨਾਂ ਨੂੰ ਸਾਰੇ ਨੂੰ ਹਦਾਇਤਾਂ ਦਿੱਤੀਆਂ ਇੱਕ ਨੈਗੇਟਿਵ ਲਿਸਟ ਜਿਹੜੀ ਹੈ ਪਹਿਲਾਂ ਬਹੁਤ ਛੋਟੀ ਸੀ ਬਹੁਤ ਵੱਡੀ ਹੋ ਗਈ ਹੈ ਸੈਂਕੜੇ ਲੋਕ ਪੁੱਚੇ ਦਰਜ ਹੋ ਚੁੱਕੇ ਨੇ ਜਿਨ੍ਹਾਂ ਜਿਨ੍ਹਾਂ ਬੰਦਿਆਂ ਦਾ ਇਹ ਪਾਇਆ ਗਿਆ ਕਿ ਉਹਨਾਂ ਨੇ ਕਿਸਾਨਾਂ ਨੂੰ ਪੈਸੇ ਭੇਜੇ ਜਾਂ ਕੋ ਮਟੀਰੀਅਲ ਮਦਦ ਭੇਜੀ ਉਹਨਾਂ ਨੂੰ ਉਥੋਂ ਦੇ ਜਿਹੜੇ ਕੌਂਸਲ ਜਨਲ ਆਫਿਸ ਨੇ ਜਾਂ ਐਮਬੈਸੀਸ ਨੇ ਆਪਣੀਆਂ ਉਥੋਂ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਇਹ ਬੜਾ ਡੇਂਜਰਸ ਟ੍ਰੈਂਡ ਹੈ ਕਿੰਨੇ ਲੋਕਾਂ ਨੂੰ ਤੁਸੀਂ ਰੋਕ ਲੋਗੇ ਕਿੰਨੇ ਲੋਕਾਂ ਨੂੰ ਇੱਕ ਪੀਸਫੁਲ ਜਿਹੜਾ ਇੱਕ ਧਰਨਾ ਚੱਲਦਾ ਰਿਹਾ ਮੋਰਚਾ ਚੱਲਦਾ ਰਿਹਾ ਸਾਲ ਦੇ ਕਰੀਬ ਉੱਚ ਕੋਈ ਗੜਬੜ ਨਹੀਂ ਹੋਈ ਕੋਈ ਉੱਚ ਗਲਤ ਗੱਲ ਨਹੀਂ ਹੋਈ ਕਿਸਾਨਾਂ ਦੀਆਂ ਮੰਗਾਂ ਸਰਕਾਰ ਨੇ ਮੰਨਣ ਦਾ ਵਾਅਦਾ ਕੀਤਾ ਤੇ ਫਿਰ ਉਹਨਾਂ ਲੋਕਾਂ ਜਿਨ੍ਹਾਂ ਨੇ ਮੋਰਚੇ ਦੀ ਮਦਦ ਕੀਤੀ ਸੀ ਉਹਨਾਂ ਨੂੰ ਭਾਰਤ ਆਉਣ ਤੋਂ ਰੋਕਣਾ ਠੀਕ ਨਹੀਂ ਹੈ ਉਹਦੇ ਨਾਲ ਹੀ ਜਿਹੜੇ ਕੁਝ ਮੰਦਰਾਂ ਤੇ ਕੁਝ ਅਟੈਕ ਹੋਏ ਜਾਂ ਉਹਨਾਂ ਦੇ ਬਾਹਰ ਕੋਈ ਨਾਰੇ ਲਿਖੇ ਗਏ ਉਹ ਜਿਨ੍ਹਾਂ ਲੋਕਾਂ ਦੀਆਂ ਫੋਟੋਗ੍ਰਾਫ ਸੀਸੀਟੀਵੀ ਕੈਮਰੇਜ ਕੈਦ ਹੋ ਰਹੀਆਂ ਨੇ ਉਹਨਾਂ ਸਾਰੇ ਦੇ ਨਾਂ ਵੀ ਨੇਗੇਟਿਵ ਲਿਸਟਡ ਪਾਈ ਜਾ ਰਹੇ ਹੁਣ ਕਾਲਮੀ ਤੇ ਦੋ ਕਿਤੇ ਭਾਰਤ ਤੌਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਰੋਕਿਆ ਜਾਏਗਾ ਇਹ ਬੜੇ ਮਾੜੇ ਟ੍ਰੈਂਡ ਨੇ ਪੰਜਾਬ ਲਈ ਚੰਗੀਆਂ ਖਬਰਾਂ ਨਹੀਂ ਨੇ ਆਉਣ ਵਾਲੇ ਦਿਨਾਂ ਚ ਇਹਨਾਂ ਬਾਰੇ ਸੋਚਿਆ ਜਾਣਾ ਬਹੁਤ ਜ਼ਰੂਰੀ ਹੈ ਤੇ ਦੋਸਤੋ ਆਉਣ ਵਾਲੇ ਦਿਨਾਂ ਵਿੱਚ ਇਸੇ ਕਿਸਮ ਦੇ ਕਿਤੇ ਕਹਾਣੀਆਂ ਲੈ ਕੇ ਫਿਰ ਆਦਰ ਹੋਵਾਂਗੀ ਉਦੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ